ਇਨੀ ਦਿਨੀ ਜਦੋਂ ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਜਾਰੀ ਏ ਤਾਂ ਸਰਕਾਰ ਸਵੈ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਵੱਲੋਂ ਠੰਡ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਉੱਦਮ ਕੀਤੇ ਜਾ ਰਹੇ ਨੇ। ਕਈ ਸਵੈ ਸੇਵੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਥਾਂ ਥਾਂ ਤੇ ਲੋਕਾਂ ਲਈ ਗਰਮ ਚਾਹ ਤੇ ਦੁੱਧ ਦੇ ਲੰਗਰ ਲਗਾਏ ਜਾ ਰਹੇ ਨੇ। ਇਹਨਾਂ ਉਪਰਾਲਿਆਂ ਦੀ ਕੜੀ ਵਿੱਚ ਅੱਗੇ ਪੁਲਾਂਘ ਪੁੱਟਦਿਆਂ ਬਠਿੰਡਾ ਵਿੱਚ ਸਥਿਤ ਏਮਜ਼ ਹਸਪਤਾਲ ਵੱਲੋਂ ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਬਲੈਂਕਟ ਬੈਂਕ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ। ਪੇਸ਼ ਹੈ ਇਸ ਬਾਰੇ ਇੱਕ ਰਿਪੋਰਟ। ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਦੇਖਭਾਲ ਲਈ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਠਹਿਰਨ ਲਈ ਪੁਖਤਾ ਇੰਤਜ਼ਾਮ ਨੇ। ਏਮਜ਼ ਅੰਦਰ ਹੀ ਰਹਿਣ ਬਸੇਰਾ ਚਲਾਇਆ ਜਾ ਰਿਹਾ ਹੈ, ਜਿੱਥੇ ਮਰੀਜ਼ ਦੇ ਨਾਲ ਆਇਆ ਇੱਕ ਪਰਿਵਾਰਕ ਮੈਂਬਰ ਓਨੇ ਦਿਨ ਤੱਕ ਮੁਫਤ ਰਹਿ ਸਕਦਾ ਹੈ ਜਿੰਨੇ ਦਿਨ ਤੱਕ ਮਰੀਜ਼ ਦਾਖਲ ਰਹਿੰਦਾ ਹੈ। ਏਮਜ਼ ਦੇ ਕਾਰਜਕਾਰੀ ਨਿਦੇਸ਼ਕ ਪ੍ਰੋਫੈਸਰ ਡਾਕਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਠੰਡ ਨੂੰ ਵੇਖਦਿਆਂ ਇੱਥੇ ਇੱਕ ਬਲੈਂਕਟ ਬੈਂਕ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੋਂ ਇਸ ਠਹਿਰ ਵਿੱਚ ਰੁਕਣ ਵਾਲੇ ਵਿਅਕਤੀ ਨੂੰ ਕੰਬਲ ਅਤੇ ਬਿਸਤਰਾ ਦਿੱਤਾ ਜਾਂਦਾ ਹੈ। ਇਸ ਕੰਬਲ ਦੀ ਏਵਜ਼ ਵਿੱਚ ਉਸ ਤੋਂ ਧੁਆਈ ਲਈ ਸਿਰਫ 20 ਰੁਪਏ ਲਏ ਜਾਂਦੇ ਨੇ। ਇਸ ਕੰਮ ਵਿੱਚ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਮਰਪਣ ਵੈਲਫੇਅਰ ਸੁਸਾਇਟੀ ਨੇ ਏਮਜ਼ ਦਾ ਸਹਿਯੋਗ ਦਿੰਦਿਆਂ 213 ਕੰਬਲ ਸਹਾਇਤਾ ਵਜੋਂ ਦਿੱਤੇ ਨੇ। ਸਮਰਪਣ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਰਵਜੀਤ ਠਾਕੁਰ ਨੇ ਦੱਸਿਆ ਕਿ ਇਸ ਠੰਡ ਦੇ ਦੌਰ ਦੇ ਵਿੱਚ ਸਾਨੂੰ ਮਹਿਸੂਸ ਹੋਇਆ ਬਲੈਂਕਟ ਸੋਨੇ ਬਹੁਤ ਜ਼ਰੂਰੀ ਨੇ, ਤਾਂ ਅਸੀਂ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਏਮਜ਼ ਦੇ ਨਾਲ, ਤਾਂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਅਸੀਂ ਇੱਥੇ 213 ਬਲੈਂਕਟਸ ਅਸੀਂ ਇੱਕ ਵਾਰ ਇਨੀਸ਼ੀਅਲ ਸਟੇਜ ਦੇ ਉੱਤੇ ਦੇ ਕੇ ਆਏ ਹਾਂ। ਔਰ ਬਲੈਂਕਟਸ ਦਾ ਡਾਇਰੈਕਟਰ ਸਾਹਿਬ ਨੇ ਜਦੋਂ ਦੱਸਿਆ ਵੀ ਇਹਦਾ ਇੱਕ ਇੱਦਾਂ ਨਹੀਂ ਕਰਾਂਗੇ ਵੀ ਪੇਸ਼ੈਂਟ ਨੂੰ ਪਰਮਾਨੈਂਟ ਹੀ ਦੇ ਦਈਏ, ਉਹ ਕਹਿੰਦੇ ਅਸੀਂ ਇਹਦਾ 20 ਰੁਪੀਜ਼ ਇਹਦਾ ਚਾਰਜ ਰੱਖਾਂਗੇ ਤਾਂ ਜੋ ਇਸ ਨੂੰ ਵਾਸ਼ ਕਰਾ ਕੇ ਦੁਬਾਰਾ ਰੀਯੂਜ਼ ਦੇ ਵਿੱਚ ਅਸੀਂ ਲੈ ਆਈਏ। ਏਮਜ਼ ਦੇ ਡਾਕਟਰ ਰਾਜੀਵ ਕੁਮਾਰ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਠੰਡ ਤੋਂ ਬਚਣ ਲਈ ਬਿਮਾਰੀ ਤੁਹਾਡਾ ਰਿਲੇਟਿਵ ਤਾਂ ਬਿਮਾਰ ਹੈ ਹੀ ਹੈ, ਜਿਹਦੀ ਅਸੀਂ ਦੇਖਭਾਲ ਕਰ ਰਹੇ ਹਾਂ, ਤੁਸੀਂ ਨਾ ਬਿਮਾਰ ਹੋ ਜਾਓ ਤਾਂ ਉੱਥੇ ਰਹਿਣ ਬਸੇਰਾ 'ਚ ਕਮਰੇ ਹੈਗੇ ਹੈ ਜਿਹਦੇ 'ਚ ਅਸੀਂ ਬੈੱਡ ਲਗਾਏ ਹੋਏ ਹੈ ਔਰ ਅਸੀਂ ਕੰਬਲ ਪ੍ਰੋਵਾਈਡ ਕੀਤੇ ਹੋਏ ਹਾਂ। ਇਸ ਰਹਿਣ ਵਸੇਰੇ ਵਿੱਚ ਠਹਿਰਨ ਵਾਲੇ ਅਜੀਤਪਾਲ ਸਿੰਘ ਅਤੇ ਦੀਪ ਨੇ ਇਸ ਉਪਰਾਲੇ ਲਈ ਏਮਜ਼ ਦੇ ਬਲੈਂਕਟ ਬੈਂਕ ਦਾ ਧੰਨਵਾਦ ਕੀਤਾ। ਸਾਡੀ ਬੇਟੀ ਏਮਜ਼ ਦਾ ਦਾਖਲ ਹੈ ਜੀ, ਇਹ ਰਹਿਣ ਵਸੇਰੇ 'ਚ ਬਣੇ ਹੋਏ ਜੀ ਕਮਰੇ ਪੇਸ਼ੈਂਟ ਦੇ ਰਹਿਣ ਵਾਸਤੇ, ਇੱਥੇ ਵਧੀਆ ਸਹੂਲਤ ਹੈ ਜੀ। ਜਿਹੜੀ ਰਹਿਣ ਬਸੇਰਾ ਬਣਿਆ ਵਾ ਬਹੁਤ ਵਧੀਆ ਫੈਸਿਲਿਟੀਆਂ, ਬਹੁਤ ਵਧੀਆ ਚਾਰਜਿੰਗ ਪੁਆਇੰਟ ਦਿੱਤੇ ਆ, ਬੈੱਡ ਵੀ ਦਿੱਤੇ, ਬੈੱਡ ਦਿੰਦੇ ਆ ਨਾ ਜੀ, ਅਤੇ ਆਪਣੇ ਇਹ ਕੰਬਲ ਵਗੈਰਾ ਵੀ ਦਿੰਦੇ ਆ, ਗੱਦੇ ਵਗੈਰਾ ਵੀ ਦਿੰਦੇ ਆ, ਜਿਹੜੇ ਕਿ ਫਰੀ ਆਫ ਕੋਸਟ ਦੇ ਜਾਂਦੇ, ਰੂਮ ਵੀ ਫਰੀ ਆਫ ਕੋਸਟ ਦਿੰਦੇ ਆ, ਜਿਹੜੀ ਕਿ ਬਹੁਤ ਵਧੀਆ ਫੈਸਿਲਿਟੀ ਆ। ਅੱਧੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਉਂਕਿ ਵੀ ਇੱਥੇ ਬਣਿਆ ਵਾ, ਰਹਿਣ ਬਸੇਰਾ ਬਣਿਆ ਵਾ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ, ਜਲੰਧਰ।